लुधियाना में लापता बच्चे का सुराग जुटाने में जुटी पुलिस। लगभग 16 दिनों से लापता है सातवीं कक्षा का विद्यार्थी। पुलिस ने मौके पर डीवीआर व और जरूरी दस्तावेज लिए अपने कब्जे में। लुधियाना के ताजपुर रोड के अधीन आते बाबा जीवन सिंह नगर के सिमरन मॉडल सीनियर सेकेंडरी स्कूल से लगभग पिछले 16 दिनों से लापता सातवीं कक्षा के छात्र का अभी तक कोई सुराग नहीं मिला। वहीं लापता छात्र के परिजनों द्वारा धरना देने की सूचना से पहले ही हरकत में आई पुलिस ने स्कूल की जांच पड़ताल शुरू कर दी। वहीं पुलिस द्वारा स्कूल के चप्पे चप्पे पर गहनता से छानबीन शुरू की तथा मौके पर पुलिस ने स्कूल में लगे सीसीटीवी कैमरे की डीवीआर व कुछ जरूरी दस्तावेज अपने कब्जे में ले लिए। वहीं छात्र के परिजनों ने स्कूल के अध्यापक पर मारपीट करने के आरोप लगाए। उन्होंने कहा कि अध्यापक द्वारा उनके बेटे को पीटने के डर से छात्र कहीं चला गया होगा। बच्चा नहीं मिल रहा, आज 16 दिन हो गए। मानप्रीत सिंह करो स्कूल आया, स्कूल नहीं पहुंचे, कहते स्कूल नहीं पहुंचे, स्कूल पहुंचे है। हाजरिया भी लगिया ने, हाजरिया भी है लगिया ने। मैडम ने 25 तरीक नूं कुटिया बहुत सीगा। तनु शर्मा मैडम ने, मैडम का ना, उन्हें रजिस्टर सिर च मारे बच्चे दे, कुटिया भी तोड़ च थप्पड़ मारे कहते, ते कुटिया बहुत ज्यादा। लड़का गुम होया सी, मनप्रीत सिंह 7th क्लास च पढ़दा सी, मिडल सीनियर सेकेंडरी स्कूल। ਉਹ ਜੀ ਗੁੰਮ ਮਿਲ ਗਈ ਸੀ, ਇਹਦੇ ਰਿਗਾਰਡਿੰਗ ਐਫ ਆਈ ਆਰ ਰਜਿਸਟਰ ਹੋਈ ਹੈ, ਉਹਦੀ ਇਨਵੈਸਟੀਗੇਸ਼ਨ ਦੇ ਸਿਲਸਿਲੇ ਸੀ। ਜੋ ਕਲਾਸਮੇਟਸ ਹੈ ਉਹਨਾਂ ਨੂੰ ਪਤਾ ਕਰਨ ਆਏ ਸੀ। ਸੀਸੀਟੀਵੀ ਕੈਮਰੇ ਦੀ ਫੁਟੇਜ ਇਹਨਾਂ ਦੇ ਰਿਕਾਰਡਿੰਗ ਸਿਸਟਮ ਹੈ ਨਹੀਂ ਸੀ, ਇਹ ਕਹਿ ਰਹੇ ਸਕੂਲ ਵਾਲੇ, ਉਹ ਅਸੀਂ ਚੈੱਕ ਕਰ ਰਹੇ ਹਾਂ ਸਰ। ਉਹ ਤਾਂ ਜੋ ਸਾਰੀ ਉਮਰ ਵਿੱਚ ਜੋ ਅਸੀਂ ਐਫ ਐਸ ਐਲ ਭੇਜਿਆ ਗਿਆ ਜਾਂ ਜਿੱਥੋਂ ਵੀ ਐਕਸਪਰਟ ਕੋਲ, ਉਹਦੀ ਓਪੀਨੀਅਨ ਤੋਂ ਬਾਅਦ ਹੀ ਕਿਹਾ ਜਾਵਾਂਗਾ। ਤਾਂ ਦੂਸਰੀ ਤਰਫ ਸਕੂਲ ਕੀ ਪ੍ਰਿੰਸੀਪਲ ਦੁਆਰਾ ਛਾਤਰ ਕੇ ਪਰਿਜਨ ਦੁਆਰਾ ਲਗਾਏ ਗਏ ਆਰੋਪੋ ਕੋ ਬੇਬੁਨਿਆਦ ਬਤਾਇਆ। ਸਰ ਸਾਡੇ ਕੋਲ ਬੱਚਾ ਲਾਸਟ ਆਇਆ ਸੀਗਾ ਜੀ 26 ਤਰੀਕ ਨੂੰ, 29 ਨੂੰ ਸਕੂਲ ਦੇ ਵਿੱਚ ਫੰਕਸ਼ਨ ਸੀਗਾ, ਉਸ ਦਿਨ ਵੀ ਬੱਚਾ ਸਕੂਲ ਦੇ ਵਿੱਚ ਨਹੀਂ ਆਇਆ। ਉਸ ਦਿਨ ਮੇ ਵੀ ਇਹਨਾਂ ਦੇ ਹੀ ਮੈਸੇਜ ਆਇਆ ਸੀ ਪੇਰੈਂਟਸ ਦਾ ਕਿ ਉਹ ਪਿੰਡ ਜਾ ਰਹੇ ਆ, ਉੱਥੇ ਕਹਿ ਰਹੇ ਬੱਚੇ ਨੂੰ ਬਿਮਾਰ ਹੋ ਗਿਆ ਬੱਚਾ। ਫਿਰ ਇਹਨੇ ਟਿਊਜ਼ਡੇ ਨੂੰ ਵਾਪਿਸ ਆਇਆ ਹੋਣਾ ਉੱਥੋਂ, ਫਿਰ 2 ਤਰੀਕ ਨੂੰ ਬੁੱਧਵਾਰ ਦੇ ਦਿਨ ਵੀ ਬੱਚਾ ਸਾਡੇ ਕੋਲ ਨਹੀਂ ਆਇਆ। ਬੁੱਧਵਾਰ ਦੇ ਦਿਨ ਸ਼ਾਮ ਨੂੰ ਉਹਦੇ ਮਦਰ ਸਾਡੇ ਕੋਲ ਆਏ ਆ, 4:30 ਵਜੇ ਦੇ ਤਕਰੀਬਨ। ਉਹਨਾਂ ਨੇ ਕਿਹਾ ਕਿ ਮਨਪ੍ਰੀਤ ਨਾਮ ਦਾ ਬੱਚਾ 7th ਕਲਾਸ ਚ ਪੜ੍ਹਦਾ ਆ। ਉਹਨਾਂ ਨੇ ਕਿਹਾ ਕਿ ਮਨਪ੍ਰੀਤ ਘਰੇ ਨੀ ਪਹੁੰਚਿਆ ਹੈਗਾ। ਉਸ ਟਾਈਮ ਅਸੀਂ ਵੀ ਪਲੱਸ 2 ਵਾਲੇ ਬੱਚਿਆਂ ਦੀ ਵੇਟ ਕਰ ਰਹੇ ਸੀ, ਬੱਚੇ ਪੇਪਰ ਪਾਉਣ ਗਏ ਹੋਏ ਸੀ, ਉਹਨਾਂ ਦੀ ਵੇਟ ਕਰ ਰਹੇ ਸੀ ਕਿ ਵਾਪਸ ਆਉਣਗੇ ਉਹ। ਉਹਨਾਂ ਦੀ ਵੇਟ ਕਰਦੇ ਉਹਦੀ ਮਦਰ ਪਹੁੰਚ ਗਈ ਆ ਕੇ, ਉਹਨਾਂ ਨੇ ਕਿਹਾ ਕਿ ਬੱਚਾ ਸਾਡਾ ਘਰੇ ਨੀ ਪਹੁੰਚਿਆ। ਅਸੀਂ ਕਿਹਾ ਚਲੋ ਅਸੀਂ ਚੈੱਕ ਕਰ ਲੈਂਦੇ ਹਾਂ। ਅਸੀਂ ਆਸ ਪਾਸ ਦੇ 4-5 ਬੱਚੇ ਉਹਦੀ ਕਲਾਸ ਦੇ ਇਸੇ ਗਲੀ ਚ ਰਹਿੰਦੇ ਆ, ਅਸੀਂ ਬੱਚੇ ਬੁਲਾ ਲਏ ਇੱਥੇ ਸਕੂਲ ਦੇ ਵਿੱਚ ਕਿ ਬੇਟਾ ਮਨਪ੍ਰੀਤ ਦੇ ਕਿਸੇ ਦੋਸਤ ਦੇ ਨਾਲ ਤਾਂ ਨਹੀਂ ਗਿਆ ਹੈਗਾ, ਕਿ ਕਿਸੇ ਦੇ ਘਰੇ ਚਲਾ ਗਿਆ ਹੋਵੇ ਜਾਂ ਉਹਨੂੰ ਕੋਈ ਕੰਮ ਹੋਵੇ, ਕਿਸੇ ਨੇ ਕਾਪੀ ਲੈਣ ਚਲਾ ਹੋਵੇ। ਬੱਚੇ ਕਹਿੰਦੇ ਨਹੀਂ ਵੀ ਉਹ ਤਾਂ ਸਕੂਲ ਹੀ ਨਹੀਂ ਆਇਆ ਹੈਗਾ। ਜਾਗਰਤੀ ਲਹਿਰ ਕੇ ਲਈ ਵਿਪਨ ਜਵਾਹਰ ਕੀ ਰਿਪੋਰਟ। ਆਈ ਐਮ ਐਮ